ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕ ਫਤਿਹ ਅ ਅੱਜ ਤਾਂ ਨਹੀਂ ਗੱਲਬਾਤ ਕਰਨੀ ਦੋ ਤਿੰਨ ਗੱਲਬਾਤਾਂ ਗੱਲਬਾਤਾਂ ਕਰਨੀਆਂ ਪਰ ਜਿਹੜੀ ਪਈ ਮੇਨ ਗੱਲ ਜਿਹੜੀ ਹੈਗੀ ਆ ਪਈ ਤੁਹਾਨੂੰ ਪਤਾ ਜਿਹੜੀ ਕਾਫੀ ਜਰਿਲੀ ਬਿਮਾਰੀ ਫੈਲ ਰਹੀ ਆ ਜਿਹਨੂੰ ਤੇ ਉਹਦੇ ਦਾ ਕੀ ਅਸਰ ਹੋ ਰਿਹਾ ਦੁਨੀਆ ਵਿੱਚ ਕਿੱਦਾਂ ਸਾਰੀ ਦੁਨੀਆ ਚ ਇਸ ਵੇਲੇ ਜਹਾਜ਼ ਬੰਦ ਸ਼ਹਿਰ ਬੰਦ ਦੇਸ਼ ਬੰਦ ਤੇ ਤਾਂ ਤਾਂ ਇਹ ਬਿਮਾਰੀ ਫੈਲ ਰਹੀ ਆ ਤੇ ਹੁਣੇ ਮੇਰਾ ਖਿਆਲ ਕਈ ਕੇਸ ਹੁਣ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਸਾਰੇ ਪਾਸੇ ਹੁਣ ਹੋ ਰਾਇਆ ਕੈਨੇਡਾ ਵਿੱਚ ਅਮਰੀਕਾ ਵਿੱਚ ਇਟਲੀ ਇਰਾਨ ਤੇ ਚੀਨ ਦੇ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਤੇ ਹੁਣ ਇੱਥੇ ਯੂਰਪ ਦੇ ਵਿੱਚ ਜਿਦਾ ਸਪੇਨ ਇਟਲੀ ਆ ਆਸਟਰੀਆ ਫਰਾਂਸ ਵੀ ਹੌਲੀ-ਹੌਲੀ ਲੱਪਾਇ ਇੰਗਲੈਂਡ ਹੌਲੀ-ਹੌਲੀ ਸਾਰਾ ਕੁਝ ਦਾ ਪਈ ਹੁਣ ਬੰਦ ਹੋਣ ਲੱਪਿਆ ਪੰਜਾਬ ਦੇ ਵਿੱਚ ਮੈਂ ਸੁਣਿਆ ਭਈ ਸਿੰਧ ਵਿੱਚ ਸ਼ੋਪਿੰਗ ਮੋਲ ਸ਼ੋਪਿੰਗ ਸੈਂਟਰ ਸਾਰੇ ਬੰਦ ਹੋਣ ਲੱਗਾ ਪਰ ਕਈ ਵਾਰੀ ਮੈਂ ਦੇਖਿਆ ਕੱਲ ਵੀ ਨਾ ਸੁਣਦਾ ਸੀਗਾ ਕੋਈ ਇੱਥੇ ਵਿਆਹ ਸੀਗਾ ਸਾਡੇ ਇੱਥੇ ਸ਼ਹਿਰ ਦੇ ਵਿੱਚ ਮੈਂ ਤਾਂ ਗਿਆ ਨਹੀਂ ਸੀਗਾ ਮੈਂ ਅੱਗੇ ਮੜਿਆ ਠੀਕ ਨਹੀਂ ਕਰਕੇ ਤੇ ਮੈਂ ਕਿਹਾ ਉਹਨਾਂ ਨੂੰ ਬਿਮਾਰੀ ਲੱਗ ਜੇ ਉੱਥੇ ਜਾ ਕੇ ਹੋਰ ਜਿੰਨੇ ਬੰਦੇ ਘਟਿਆ ਜਿਸੇ ਤੁਹਾਡੀ ਸੰਗ ਵਿੱਚ ਉਹਨਾਂ ਐ ਇਸ ਵੇਲੇ ਤੁਹਾਡਾ ਬਚਾਇਆ ਸੋ ਜਦੋਂ ਮੈਂ ਸੁਣਿਆ ਭਈ ਉਹਨਾਂ ਕੋਲ ਜਿਹੜੇ ਵਿਆਹ ਤੇ ਗਏ ਸਾਡੇ ਫੈਮਿਲੀ ਫਰੈਂਡਸ ਉੱਥੇ ਆਪਣੇ ਬੰਦੇ ਕਹਿੰਦੇ ਭਈ ਜੇ ਕੋਈ ਸਕੀ ਪੀ ਲਓ ਤੇ ਜਾਂ ਗੰਡੇ ਖਾ ਲਓ ਤੇ ਤੁਹਾਡੀ ਬਿਮਾਰੀ ਲੱਗਣੀ ਜੇ ਨਹੀਂ ਪੀਣੀ ਆ ਉਹੀਂ ਤਾਂ ਪੱਜ ਪਾਉਣਾ ਜਿਹੜਾ ਮਰਜੀ ਪੱਜ ਪੱਜ ਲੱਗਣਾ ਵੀ ਪੀਣ ਨੂੰ ਤੇ ਉਹ ਤੁਹਾਨੂੰ ਇਹ ਵੀ ਕਹੋਗੇ ਵੀ ਅਸੀਂ ਕਰੀ ਮਰਦਾਂ ਵੀ ਨਹੀਂ ਆ ਪੀ ਕੇ ਸੋ ਇਹ ਜਿਹੜੀ ਬਿਮਾਰੀ ਆ ਸਾਨੂੰ ਪਹਿਲਾਂ ਬਹੁਤ ਸੀਰੀਅਸ ਲੈਣੀ ਪੈਣੀ ਆ ਅੱਜ ਵੀ ਕਈ ਬੰਦੇ ਆਪਣੇ ਸੀਰੀਅਸ ਨਹੀਂ ਜਾ ਰਹੇ ਤੇ ਕਈ ਵਾਰੀ ਆਪਣੇ ਜਿਹੜੇ ਨੌਜਵਾਨ ਆ ਇਹ ਜਿਹੜੀ ਬਿਮਾਰੀ ਆ ਜਿਹੜਾ ਬੰਦਾ ਨੌਜਵਾਨ ਹੋਵੇ ਹੈਲਥੀ ਹੋਵੇ ਕੋਈ ਉਹਨੂੰ ਕੋਈ ਸਿਹਤ ਦਾ ਕੋਈ ਹੈਲਥ ਦਾ ਕੋਈ ਇਸ਼ੂ ਨਾ ਹੋਵੇ ਇਹ ਉਹਨਾਂ ਨੂੰ ਬਿਮਾਰੀ ਲੱਗਦੀ ਆ ਉਹਨਾਂ ਲਈ ਇੰਨੀ ਜਰੇਲੀ ਚੀਜ਼ ਨਹੀਂ ਗੀ ਜਿੰਨੀ ਜਿਹੜੇ ਬਜ਼ੁਰਗਾਂ ਲਈ ਆ ਤਾਂ ਜਿਹਨਾਂ ਕੋਲ ਜਿਹੜੀ ਸਾਰੀ ਬਿਮਾਰੀ ਹੋਵੇ ਜਾਂ ਸ਼ੂਗਰ ਦੀ ਬਿਮਾਰੀ ਹੋਵੇ ਜਾਂ ਦਿਲ ਦੀ ਬਿਮਾਰੀ ਹੋਵੇ ਹੋਰ ਵੀ ਕੋਈ ਬਿਮਾਰੀ ਹੋਵੇ ਉਹਨਾਂ ਲਈ ਬਹੁਤ ਡੇਂਜਰਸ ਹੋ ਸਕਦੀ ਇਹ ਜਿਹੜੀ ਨਵੀਂ ਬਿਮਾਰੀ ਆ ਇਹਦਾ ਹੱਤਾ ਕੋਈ ਇਲਾਜ ਨਹੀਂ ਲੱਭਿਆ ਤੇ ਕਈ ਨੌਜਵਾਨ ਜਦੋਂ ਕਰਦੇ ਪਏ ਬੇਪਰਵਾਹ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਤਾਂ ਨੌਜਵਾਨ ਆ ਸਾਨੂੰ ਜੋ ਮਰਜੀ ਹੋ ਜਾਵੇ ਲਾਰੇ ਦੀ ਮਮੋਰੀ ਸਾਨੂੰ ਕੋਈ ਅਸਰ ਨਹੀਂ ਪੈਣਾ ਚਲੋ ਦੋ ਤਿੰਨ ਬਿਮਾਰ ਹੋ ਜਮਾਂਗੇ ਹਫਤਾ ਬਿਮਾਰ ਹੋ ਜਮਾਂਗੇ ਮੁੜ ਕੇ ਠੀਕ ਹੋ ਜਾਂਗੇ ਪਰ ਤੁਸੀਂ ਇਹ ਸੋਚਣਾ ਜਦੋਂ ਤੁਸੀਂ ਬਿਮਾਰ ਹੁੰਦੇ ਆ ਤੇ ਆਪਣੇ ਘਰ ਜਾਂਦੇ ਆ ਜਿੱਥੇ ਤੁਹਾਡੇ ਬਜ਼ੁਰਗ ਆ ਬੱਚੇ ਕੋਈ ਬਿਮਾਰ ਹੋਵੇ ਤੁਸੀਂ ਇਹ ਬਿਮਾਰੀ ਘਰ ਲੈ ਕੇ ਜਾਂਦੇ ਆ ਜਿਹੜੀ ਤੁਹਾਡੀ ਬੇਪਰਵਾਹੀ ਆ ਜੇ ਤੁਸੀਂ ਮਰਨਾ ਆ ਤੇ ਕਮਰ ਬੋ ਕਰ ਲਓ ਸ਼ਰਾਬ ਪੀ ਜਾਓ ਪਾਰਟੀਆਂ ਕਰੀ ਜਾਓ ਬਿਮਾਰੀਆਂ ਲੁਆਈ ਜਾਓ ਇਹ ਕਮਰੇ ਜਾ ਕੇ ਮਰ ਜਾਓ ਜੇ ਮਰਨਾ ਪਰ ਬਾਕੀ ਬਾਕੀ ਨੂੰ ਤੁਸੀਂ ਘਰ ਹੀ ਮਰਨਾ ਨਾਲ ਫਿਰ ਇਹ ਜਿਹੜੀ ਬੇਪਰਵਾਹੀ ਆ ਇਹ ਤੁਹਾਡੇ ਪਰਿਵਾਰ ਨੂੰ ਤੁਹਾਡੇ ਜਿਹੜੇ ਬੱਚੇ ਆ ਤੁਹਾਡੇ ਬਜ਼ੁਰਗਾਂ ਉਦੇ ਬਹੁਤ ਹੀ ਵੱਡਾ ਅਸਰ ਹੋ ਸਕਦਾ ਇਹਦੇ ਵਿੱਚ ਵੀ ਤੁਸੀਂ ਸਾਰੇ ਪਰਿਵਾਰ ਨੂੰ ਮਾਰ ਸਕਦੇ ਆ ਮੈਂ ਆਪਣੇ ਜਿਹੜੇ ਅਖਰ ਆ ਮੈਂ ਇਹ ਨਹੀਂ ਵੀ ਆਪਣੇ ਭਾਈ ਤੁਹਾਨੂੰ ਗੱਲਾਂ ਕਰਨੀਆਂ ਮਿੱਠੀਆਂ-ਮਿੱਠੀਆਂ ਜਾਂ ਹਾਰ-ਪਾਕੇ ਮੈਂ ਸਿੱਧੀ ਗੱਲ ਕਰਨੀ ਆ ਕਿ ਜਿਹੜੇ ਇਸ ਵੇਲੇ ਆਪਣੇ ਪੰਜਾਬੀ ਪ੍ਰਾਹ ਸਿੱਖ ਪ੍ਰਾਹ ਭੈਣ ਪ੍ਰਾਹ ਜਿਹੜੇ ਬੇਪਰਵਾਹ ਆ ਇਹ ਬਿਮਾਰੀ ਸਾਨੂੰ ਲੱਗਣੀ ਨਹੀਂ ਜੋ ਮਰਜੀ ਹੋਵੇ ਬੱਕਰੇ ਵਧਾਉਣੇ ਆ ਪੀ ਲੈਣੀ ਆ ਅਸੀਂ ਨੌਜਵਾਨ ਆ ਸਾਡੇ ਕੋਲ ਅਸੀਂ ਜਬਰਦਸਤ ਆ ਇਹ ਤੋਂ ਬਿਮਾਰੀ ਕੱਲੀ ਤੁਹਾਡੀ ਨਹੀਂ ਜੀ ਜੋ ਤੁਹਾਨੂੰ ਲੱਗ ਜਾਂਦੀ ਆ ਤੁਹਾਨੂੰ ਅਸਰ ਨਹੀਂ ਸ਼ਾਇਦ ਹੋਊਗਾ ਇੰਨਾ ਪਰ ਜਦੋਂ ਤੁਸੀਂ ਘਰ ਜਾਓਗੇ ਆਪਣੇ ਮੂੰਹ ਨੂੰ ਹੱਥ ਲਾਉਂਗੇ ਜਾਂ ਖੰਘੋਗੇ ਜਾਂ ਕੋਈ ਕਪੜਾ ਯੂਜ਼ ਕਰੋਗੇ ਮੂੰਹ ਧੋਣ ਨੂੰ ਕੋਈ ਹੋਰ ਆਖਿਓ ਤੌਲੀਆ ਯੂਜ਼ ਕੀਤਾ ਤੁਸੀਂ ਕਿੰਨਾਂ ਹੱਥ ਮੜਾਉਣਾ ਕਿੰਨਾਂ ਸ਼ੇਕ ਮਾਰਿਓ ਕਵਰ ਨਹੀਂ ਕੀਤਾ ਮੂੰਹ ਖੰਘਣਾ ਖੰਘਦੇ ਹੋ ਮਾਰੇ ਤੁਸੀਂ ਮੂੰਹ ਦੀ ਹੱਥ ਦੇ ਕੰਡੀਸ਼ਨ ਰੱਖਣਾ ਉਹ ਸਾਰੇ ਪਾਸੇ ਫੈਲਦੀ ਆ ਦੇਖੋ ਚੀਨ ਦੇ ਵਿੱਚ ਵੀ ਕਿੰਨੇ ਹੋਮੋਸਿਕਾ 1 ਲੱਖ ਨੂੰ ਹੋ ਗਈ ਸੀ ਉਹ ਤੇ 11000 11000 ਇਹ 1300 1400 ਬੰਦਾ ਇਟਲੀ ਮਰ ਚੁੱਕਿਆ ਇਟਲੀ ਕਿੰਨਾ ਕਾਮਯਾਬ ਦੇਸ਼ ਆ ਉਥੇ ਕਿੰ ਸੋਚਿਆ ਕਿ ਇਦਾਂ ਦੇ ਦੇਸ਼ ਦੇ ਵਿੱਚ ਯੂਰਪ ਦੇ ਇੰਨੇ ਬੰਦਾ ਮਰੂਗਾ ਬਹੁਤ ਆ 11000 ਤੋਂ 1000 ਬਿਮਾਰ ਪਏ ਆ ਬਜ਼ੁਰਗ ਮਰ ਰਹੇ ਆ ਜਿਹੜੇ ਬਿਮਾਰੀਆਂ ਦਾ ਮਰ ਰਹੇ ਆ ਜਿਹੜੇ ਪਈ ਕਈ ਨੌਜਵਾਨ ਵੀ ਹੈਗੇ ਆ ਉਹਨੂੰ ਵੀ ਬਹੁਤ ਜਿਹੜੇ ਸਾਨੂ ਬੁਹਾਰੀ ਆ ਬਹੁਤ ਜਲੀਲੀ ਕੀ ਜਾਉਂਦੇ ਵੀ ਫਿਫੜੇ ਵਿੱਚ ਬਿਮਾਰੀ ਵੱਢਦੀ ਜਾ ਕੇ ਸੋ ਤੁਸੀਂ ਬੇ ਪਰਿਵਾਰ ਨਾ ਬਣੋ ਜਿਹੜੇ ਇੰਨੇ ਵੱਡੇ ਦਲੇਰ ਬਣਦੇ ਆ ਹੀਰੋ ਬਣਦੇ ਆ ਅਈ ਸਾਨੂੰ ਕੋਈ ਜੀ ਜੋ ਮਰਜੀ ਹੋ ਜਵੇ ਤੁਸੀਂ ਘਰ ਨਾਲ ਜਾਓ ਫੇਰ ਬਾਹਰ ਹੀ ਰਵੋ ਇਹ ਕਮਰਾ ਬੁੱਕ ਕਰਕੇ ਉੱਥੇ ਚਲ ਜਾਓ ਕਿਉਂਕਿ ਤੁਸੀਂ ਤੁਹਾਡੀ ਜੜੀ ਬੇਪਰਵਾਹੀ ਆ ਤੁਹਾਡੇ ਪਰਿਵਾਰ ਨੂੰ ਮਾਰ ਦੇਣਾ ਤੁਹਾਡੇ ਦੋਸਤਾਂ ਨੂੰ ਤੁਹਾਡੇ ਬਜ਼ੁਰਗਾਂ ਨੂੰ ਤੁਸੀਂ ਗੁਰਦੁਆਰੇ ਜਾਓਗੇ ਤੁਸੀਂ ਕਿਤੇ ਹੋਰ ਜਾਓਗੇ ਕੋਈ ਕਲੀਨਿਕ ਜਾਓਗੇ ਉਹ ਬਿਮਾਰੀ ਲਾਣ ਲੈ ਕੇ ਜਾਓਗੇ ਸੋ ਇਹ ਹੀ ਐਡਵਾਈਸ ਆ ਮੇਰਾ ਵੀ ਤੁਸੀਂ ਵੀਡੀਓ ਸ਼ੇਅਰ ਕਰੋ ਜੇ ਤੁਸੀਂ ਖਾਂਗੇ ਆਂਕੇ ਟੇਸ਼ੀ ਹੋਰ ਆਖਲਾ ਹੋਰ ਮੂੰਹ ਆਖਲਾ ਉਹ ਮੂਹ ਦੇ ਮੋਰੇ ਵਰਕੇ ਖੰਗੋ ਛਿਕਾਉਂ ਵਾਲਿਆਂ ਰਮਾਲ ਮੂੰਹ ਤੇ ਕਰੋ ਖਾਤਮੂਹ ਤੇ ਕਰੋ ਬੇ ਹੱਥੋ ਉਹ ਜਿਹੜਾ ਰਮਾਲ ਆ ਟਿਸ਼ੂ ਆ ਇੱਕਦਾਂ ਉਹ ਸਾਫ਼ ਨਹੀਂ ਕਰਨਾ ਫਿਰ ਕੱਪੇ ਸਿੱਟਣਾ ਸਾਫ਼ ਕੇ ਸਿੱਟੋ ਬੇਨ ਦੇ ਵਿੱਚ ਸਿੱਟੋ ਟਿਸ਼ੂ ਹੋਰ ਯੂਜ਼ ਕਰੋ ਜਿਹੜਾ ਟਿਸ਼ੂ ਤੁਸੀਂ ਯੂਜ਼ ਕਰ ਲਿਆ ਬੇ ਨੱਕ ਸਾਫ਼ ਕਰਨ ਨੂੰ ਮੂੰਹ ਤੋਂ ਉਹ ਬੇਨ ਦੇ ਵਿੱਚ ਸਿੱਧਾ ਸਿੱਟੋ ਉਹਨੂੰ ਕੋਈ ਹੋਦ ਨਾਲ ਹੱਥ ਨਾਲ ਨਾ ਲਾਵੇ ਇਹ ਇੰਨੀ ਜਰੀਲੀ ਕੀ ਜਿਆ ਇੱਕ ਜਿਹੜੀ ਇੱਕ ਵੀ ਤੁਹਾਨੂੰ ਤੇਵਕਾ ਵੀ ਜੇ ਕਿਹੜਾ ਲੱਗ ਜਾਂਦਾ ਪਾਣੀ ਦਾ ਉਹ ਤੇਵਕਾ ਨਾਲ ਸਾਰੇ ਸਮੁੰਦਰ ਦੇ ਵਿੱਚ ਇਹ ਬਿਮਾਰੀ ਫੈਲ ਜਾਂਦੀ ਇਹ ਬਿਮਾਰੀ ਇਹ ਹੈ ਅੱਜ ਬਹੁਤ ਜਰੀ ਬਿਮਾਰੀ ਸੋ ਇਹ ਹੀ ਸਾਡੀ ਬੇਨਤੀ ਆ ਤੁਸੀਂ ਆਪਣੀ ਐਡਵਾਈਸ ਪੜੋ ਮੈਂ ਵੀ ਕਿੰਨੇ ਪੋਸਟ ਪਾਈ ਸੀ ਪਿਛਲੇ 2-3 ਦਿਨਾਂ ਦੇ ਵਿੱਚ ਜਦੋਂ ਖੰਗ ਆਉਂਦੀ ਆ ਮੋਰੇ ਮੂੰਹ 'ਤੇ ਹੱਥ ਕਰੋ ਹੱਥ ਸਾਫ਼ ਕਰੋ ਜਦੋਂ ਬਾਹਰ ਜਾਣਾ ਸ਼ਾਪਿੰਗ ਜਾਣਾ ਆਪਣੇ ਮੂੰਹ ਨੂੰ ਤੁਸੀਂ ਹੱਥ ਨਹੀਂ ਲਾਉਣਾ ਨਾ ਨੱਕ ਨੂੰ ਨਾ ਅੱਖਾਂ ਨੂੰ ਨਾ ਮੂੰਹ ਨੂੰ ਨਾ ਕੰਨਾਂ ਨੂੰ ਨਾ ਮੁੱਛਾਂ ਬਟਣੀਆਂ ਨਾ ਦਾੜੀਆਂ ਤਾ ਫੇਰ ਨੇ ਕਰ ਆਓ ਚੰਗੀ ਤਰ੍ਹਾਂ 30 ਤੋਂ 40 ਸਕਿੰਟ ਘੜ ਤੋਂ ਘੜ ਸਾਬਣ ਲਾ ਕੇ ਚੰਗੀ ਤਰ੍ਹਾਂ ਉਂਗਲਾਂ ਦੇ ਵਿੱਚ ਨਹਾਂ ਦੇ ਆਲੇ ਦੋਲੇ ਚੰਗੀ ਤਰ੍ਹਾਂ ਆਲੇ-ਦੋਲੇ ਸਾਰੇ ਇੱਥੇ ਗੁੱਟਾਂ ਤੱਕ ਧੋ ਸਾਬਣ ਨਾਲ 30 ਤੋਂ 40 ਸਕਿੰਟ ਸਾਬਣ ਲਾ ਕੇ ਇਹ ਤੁਹਾੜ ਕੋ ਹੈਂਡ ਸੈਨੀਟਾਈਜ਼ਰ ਹੈਗਾ ਜਿਹੜਾ ਬੈਕਟੀਰੀਆ ਮਾਰਦਾ ਠੀਕ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਪਰ ਸਾਬਣ ਤੁਸੀਂ ਜਰੂਰ 30 40 ਸਕਿੰਟ ਜਰੂਰ ਲਾਵੋ ਜੇ ਤੁਹਾਡੇ ਬੁਖਾਰ ਚੜ ਗਿਆ ਖਾਂਗ ਆ ਜਾਂਦੀ ਆ ਤੇ ਉਹਦੇ ਵਿੱਚ ਤਰਨੱਕ ਵੀ ਚੋ ਜਾਂਦਾ ਲੱਗ ਗਿਆ ਬੜਾ ਕੋਈ ਬਿਮਾਰੀ ਲੱਗੀ ਮੈਨੂੰ ਕੋਈ ਸਾਹ ਨਹੀਂ ਆ ਰਿਹਾ ਚੰਗੀ ਤਰ੍ਹਾਂ ਸਾਹ ਵੀ ਤੁਹਾਨੂੰ ਬਹੁਤ ਔਖਾ ਹੌਲੀ-ਹੌਲੀ ਤੇਜ਼ ਤੇ ਫਿਰ ਡਾਕਟਰ ਨੂੰ ਤੁਸੀਂ ਜਰੂਰ ਜਾਓ ਪਰ ਤੁਸੀਂ ਆਪਣੇ ਨਾ ਇੱਕ ਅਲੱਗ ਕਮਰੇ 'ਚ ਹੋ ਜਾਓ ਜੇ ਤੁਹਾਨੂੰ ਇਹ ਲੱਗ ਗਿਆ ਪਤਾ ਸ਼ਾਇਦ ਮੈਨੂੰ ਬਿਮਾਰੀ ਲੱਗ ਗਈ ਆ ਤੁਸੀਂ ਉਹ ਆਪਣੇ ਪਰਿਵਾਰ ਨਾਲ ਘੁੰਮੋ ਫਿਰੋ ਨਾ ਬਾਹਰ ਜਾਓ ਨਾ ਗਲੀ 'ਚ ਜਾਓ ਇੱਕ ਕਮਰੇ 'ਚ ਕਹਿ ਲਓ ਆਪਣੀ ਫੈਮਿਲੀ ਨੂੰ ਤੇ ਡਾਕਟਰ ਨੂੰ ਮਿਲਾ ਲਵਾਂਗਾ ਠੀਕ ਨਹੀਂਗਾ ਜਾਂ ਠੀਕ ਨਹੀਂ ਕੀ ਉੱਥੇ ਤੁਹਾਨੂੰ ਉਹ ਸੈਪਰੇਟ ਟਾਇਲਟ ਹੋਵੇ ਜਾਂ ਨਹੀਂ ਸੈਪਰੇਟ ਟਾਇਲਟ ਜੇ ਤੁਸੀਂ ਟਾਇਲਟ ਜਾਣੇ ਵਿੱਚ ਕੋ ਸਾਰਾ ਸਾਫ਼ ਕਰੋ ਮੁਰਕੇ ਸਾਰਿਆਂ ਜਿਹੜਾ ਵੀ ਟਾਇਲਟ ਆ ਸਿੰਕ ਜਾਂ ਦੋਰ ਦੇ ਹੈਂਡਲ ਆ ਇੱਕ ਤਰ੍ਹਾਂ ਇਹ ਬਚਾਅ ਹੋ ਸਕਦਾ ਜੇ ਤੁਸੀਂ ਸਾਫ਼ ਸਾਫ਼ ਸਾਈ ਰੱਖੋਗੇ ਇਹ ਤੁਸੀਂ ਸਾਫ ਰਾਂਗੇ ਆ ਤੇ ਸਫਾਈ ਹੋਗੀ ਕੱਲੇ ਕੱਲੇ ਡੋਰਾਂ ਦੇ ਜਿਹੜੇ ਹੁੰਦੇ ਆ ਹੈਂਡਲ ਤੁਸੀਂ ਬਾਹਰ ਦੋਰਾਂ ਚੈੱਕ ਕਰਨੇ ਛੇਰ ਨੇ ਕਾਰਨ ਇਹ ਡੋਰਾ ਕੋਲ ਨਹੀਂ ਜਿਮ ਜਾਣਾ ਜਾਂ ਹੋਰ ਵੀ ਕੋਈ ਜਿੱਦਾਂ ਪਈ ਚੀਜ਼ ਹੱਥ ਹਥਲਾਉਣੀ ਆ ਕਈ ਵਾਰੀ ਸੋਚ ਲੈਣੀ ਅਸੀਂ ਪਰ ਜਦੋਂ ਪੈਟਰੋਲ ਪਾਉਂਦਾ ਪੈਟਰੋਲ ਪਾਈਦਾ ਆ ਉਹ ਪੰਪ ਜਿਹੜਾ ਵੀ ਕਿੰਨਾ ਗੰਦਾ ਹੁੰਦਾ ਕਿੰਨੇ ਗੰਦੇ ਹੱਥ ਲੱਗਦੇ ਆ ਗਲਵ ਪਾ ਕੇ ਲਾਵੋ ਜੇ ਤੁਸੀਂ ਗਲਵ ਪਾਉਂਗੇ ਬਾਹਰ ਜਾ ਕੇ ਉਹ ਗਲਵ ਘਰ ਆ ਕੇ ਸਿੱਟ ਦਿਓ ਮੋੜ ਕੇ ਨਹੀਂ ਵੀ ਇੱਕ ਪਾਸੇ ਰੱਖ ਲੈਣੇ ਪਈ ਮੁਰਗੇ ਧੋਈਏ ਉਹਨਾਂ ਫੇਗ ਬਿਮਾਰੀ ਫੈਲਦੀ ਆ ਜੇ ਰੀਜੀ ਚੀਜ਼ ਤੁਸੀਂ ਆਪਣੇ ਮੂੰਹ ਨੂੰ ਲਾਉਂਗੇ ਗੰਦੇ ਹੱਥ ਤੁਹਾਡੇ ਵਿੱਚ ਸਾਹ ਚਲ ਜਾਣੀਆਂ ਉਹ ਫਿਰ ਬਿਮਾਰੀ ਤੁਹਾਡੇ ਜਿੱਥੇ ਸਾਹ ਦਾ ਰਾਹ ਆ ਤੇ ਫਿਫੜੇ ਆ ਉੱਥੇ ਜਾ ਕੇ ਫੈਲਦੀ ਐ ਇੱਕਦਮ ਇੱਕ ਦੋ ਦਿਨ ਕਿ ਇਹ ਸਾਰੇ ਬੰਦੇ ਉਹ ਬੰਦੇ ਢਾ ਲੈਂਦੇ ਹੁਣ ਇੰਡੀਆ ਦੇਸ ਤੱਕ ਕੇਸ ਘਟਿਆ ਸ਼ਹਿਰ ਰਿਕੋਰਡਿੰਗ ਘਟਿਆ ਟੈਸਟਿੰਗ ਵੀ ਹੋ ਰਹੀ ਆ ਬਹੁਤ ਵਧੀਆ ਇਹ ਇਹ ਬਿਮਾਰੀ ਦਾ ਕੋਈ ਪਤਾ ਨਹੀਂਗਾ ਅਮਰੀਕਾ ਵਿੱਚ ਵੀ ਕੈਨੇਡਾ ਵਿੱਚ ਵੀ ਅਮਰੀਕਾ ਤੇ ਇੱਥੇ ਹੁਣ ਉਹੀ ਤਾਂ ਬੰਦ ਹੀ ਕਰਤੀਆਂ ਫਲਾਈਟਾਂ ਸਾਰੀਆਂ ਦੇਸ਼ ਦੀਆਂ ਇੰਨੀ ਜਰਿਲੀ ਬਿਮਾਰੀ ਆ ਹੁਣ ਤਾਂ ਸਾਰੀਆਂ ਫਲਾਈਟਾਂ ਸਾਰੇ ਦੇਸ਼ਾਂ ਤੋਂ ਬੰਦ ਕਰ ਦਿੱਤੀਆਂ ਤੇ ਯੋਰ ਵੀ ਜੁਣਸ ਗਰਨਿੰਗ ਹੋ ਰਹੀ ਆ ਸੋ ਜੇ ਤੁਸੀਂ ਆਪਣਾ ਵਿਚਾਰ ਕਰਨਾ ਸਫਾਈ ਰੱਖੋ ਹੱਥ ਮੂਹ ਨਹੀਂ ਲਾਉਣੇ ਬਾਹਰ ਜਾਣਾ ਹੱਤ ਹੋਵੋ ਹੱਤ ਨਾ ਬਲਾਵ ਕਿਸੇ ਨਾਲ ਕੋਈ ਵੀ ਡੋਰ ਦੂਨ ਕਿਸੇ ਵੀ ਹੱਤ ਲੋਣਾ ਹੱਤ ਦੇਖੇ ਲਾਓ ਘਰ ਆਉਣਾ ਜਦੋਂ ਘਰ ਅੰਦਰ ਬੜੇ ਜੁੱਤੀਆਂ ਵੀ ਇੱਕ ਥਾਂ ਤੇ ਰੱਖੋ ਜੇ ਤੁਸੀਂ ਉਹ ਜੁੱਤੀਆਂ ਦੀ ਪਲਾਸਟਿਕ ਉਹ ਰੱਖ ਲਓ ਪਲਾਸਟੀ ਉਹ ਸਿਰ ਤੋਂ ਚੱਕ ਕੇ ਕਿਉਂਕਿ ਜੁੱਤੀਆਂ ਥੱਲੇ ਵੀ ਬਿਮਾਰੀ ਲੱਗਦੀ ਹੈ ਇਹ ਜਿਹੜੀ ਭਈ ਜਿਹੜੇ ਬੈਕਟੀਰੀਆ ਜਰਮ ਹੁੰਦੇ ਆ ਤੁਸੀਂ ਘਰ ਜੁੱਤੀਆਂ ਨੂੰ ਵੀ ਲੈ ਕੇ ਆਉਨੇ ਆ ਉਹ ਵੀ ਬਾਹਰ ਜੇ ਜਿੱਦਾਂ ਭਈ ਇੱਕ ਸਾਈਡ ਤੇ ਰੱਖ ਲਓ ਅੰਦਰ ਨਾਲ ਲੈ ਕੇ ਆਓ ਸੋ ਤੁਹਾਡੇ ਲਈ ਜਿਹੜਾ ਬਚਾਇਆ ਤੁਹਾਡਾ ਆਪਣਾ ਬਚਾਉ ਸਕਦਾ ਡਾਕਟਰ ਦਾ ਐਡਵਾਈਸ ਫੋਲੋ ਕਰੋ ਆਪਣੀ ਜਿਹੜੀ ਗਵਰਨਮੈਂਟ ਤੁਹਾਨੂੰ ਜਿੱਥੇ ਮਰਜੀ ਉਹਦਾ ਐਡਵਾਈਸ ਹੈਗਾ ਤੁਸੀਂ ਆਪਣੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਕਰੋ ਤੇ ਜੇ ਤੁਸੀਂ ਬਜ਼ੁਰਗੀਆਂ ਪੰਜਾਬੀ ਦੇ ਵਿੱਚ ਚਾਹੁੰਦੇ ਮੈਂ ਵੀ ਇੱਥੇ ਦੋ ਤਿੰਨ ਪੋਸਟ ਪਹਿਲਾਂ ਪਾਇਆ ਹੋਆ ਤੁਸੀਂ ਕੱਲ ਪਰਸਨਲ ਪੋਸਟ ਦੇਖ ਲਓ ਕੀ ਆ ਇਹ ਕਰੋਨਾ ਵਾਇਰਸ ਪਰ ਜਿੱਥੇ ਵੀ ਇਸ ਵੇਲੇ ਇਤਲੀ ਵੀ ਬੰਦਿਆ ਹੋਰ ਵੀ ਹੁਣ ਆਸਟ੍ਰੇਲੀਆ ਵੀ ਬੰਦ ਹੋਣ ਲੱਪਿਆ ਇੱਥੇ ਵੀ ਸ਼ਾਇਦ ਬੰਦ ਬੰਦ ਲਾ ਆਪਣਾ ਤੁਸੀਂ ਜਿਹੜੇ ਬਜ਼ੁਰਗਿਆ ਤੁਹਾਡੇ ਕਮਿਊਨਿਟੀ ਵਿੱਚ ਜਿਹੜੇ ਭਈ ਬਿਮਾਰ ਆ ਉਹਨਾਂ ਦਾ ਖਿਆਲ ਰੱਖਣਾ ਜਿਹੜੇ ਗੁਰਦੁਆਰੇ ਇਸ ਵੇਲੇ ਆ ਤੁਸੀਂ ਗੁਰਦੁਆਰੇ ਇਸ ਵੇਲੇ ਇਕੱਠਾ ਨਾ ਕਰੋ ਕਿਉਂਕਿ ਬਿਮਾਰੀ ਬਹੁਤ ਵੱਦੀ ਆ ਜਿੰਨਾ ਇਕੱਠ ਹੁੰਦਾ ਉਨੀ ਬਿਮਾਰੀ ਵੱਦੀ ਇੱਕ ਬੰਦੇ ਨੂੰ ਹੋ ਗਏ 100 ਬੰਦਿਆਂ ਵਿੱਚ ਉਹਦੇ ਵਿੱਚੋਂ 50 60 ਬੰਦਿਆਂ ਨੇ ਇੱਕ ਦੋ ਹੋ ਜਾਣੀ ਆ ਸੋ ਤੁਸੀਂ ਆਪਣਾ ਵਿਚਾਰ ਰੱਖੋ ਗੁਰਦੁਆਰੇ ਜਿਹੜੇ ਆ ਜਿਹੜੀ ਮੈਂ ਬੇਨਤੀ ਕਰਦਾ ਗੁਰਦੁਆਰਾ ਕਮੇਟੀਆਂ ਨੂੰ ਤੁਸੀਂ ਜਿੱਥੋਂ ਵੀ ਲਿਆ ਕੇ ਲੰਗਰ ਪਾਣੀ ਜਿਹੜਾ ਭਈ ਸੁੱਕਾ ਜਿਹੜੇ ਤੁਹਾਡੇ ਬਜ਼ੁਰਗਿਆ ਕਮਿਊਨਿਟੀ ਵਿੱਚ ਤਾਨੂੰ ਸਾਰਿਆਂ ਨੂੰ ਪਤਾ ਕੌਣ ਆ ਉਹਨਾਂ ਜਾ ਕੇ ਪੁੱਛਿਅਤ ਕਰੋ ਪਰ ਉਹ ਬੰਦੇ ਨਾ ਭੇਜੋ ਜਾ ਕੇ ਘਰ ਪਏ ਉਹ ਜ਼ਿਦੀਸ ਹੈ ਉਹਨਾਂ ਜਾ ਕੇ ਬਿਮਾਰੀ ਫੈਲ ਦੇਣ ਜਾ ਕੇ ਸੋ ਜਿਹੜਾ ਜਾਊਗਾ ਗਲਵ ਹੋਗੇ ਪ੍ਰੋਟੈਕਟਿਵ ਗੀਅਰ ਹੋਗੇ ਤੁਸੀਂ ਆਪਣੀ ਹੈਲਥ ਅਥਾਰਟੀ ਨਾਲ ਗੱਲ ਕਰੋ ਆਪਣੇ ਸੋਸ਼ਲ ਸਰਵਿਸ ਨਾਲ ਗੱਲ ਕਰੋ ਕਿ ਸਾਡੀ ਕਮਿਊਨਿਟੀ ਵਿੱਚ ਇੰਨੇ ਬਜ਼ੁਰਗ ਆ ਪੁਲਿਸ ਨਾਲ ਗੱਲ ਕਰੋ ਕਿ ਅਸੀਂ ਮਦਦ ਕਰਨੀ ਚਾਹੁੰਦੇ ਕਿੱਦਾਂ ਕਰੀਏ ਸਾਰੀ ਤੋਂ ਐਡਵਾਈਸ ਲਵੋ ਤੁਸੀਂ ਇਹ ਵੀ ਨਹੀਂ ਜਾ ਕੇ ਛੇੜ ਜਾ ਕੇ ਇਹਦੇ ਘਰ ਜਾ ਕੇ ਹੋਰ ਬਿਮਾਰੀ ਫੈਲ ਤੋਂ ਬਜ਼ੁਰਗ ਦੇ ਸ਼ਾਤੋ ਬਿਮਾਰ ਹੋਗਾ ਬਜ਼ੁਰਗ ਜਿਹੜੇ 70 ਸਾਲ ਤੋਂ ਜ਼ਿਆਦਾ ਆ ਉਹਨਾਂ ਦੀ ਬਿਮਾਰੀ ਬਹੁਤ ਜੁਰੀਲੀ ਆ ਸੋ ਆਪਣੀ ਕਮਿਊਨਿਟੀ ਜਿਹੜੀ ਬੰਦਿਆ ਜਿਹੜੇ ਬਜ਼ੁਰਗ ਆ ਹੁਣ ਜਿਹੜੇ ਤੁਸੀਂ ਜਾ ਕੇ 2-2 ਹਜ਼ਾਰ ਦੇ ਟੋਟਲ ਰੋਣ ਲਿਆ ਜਾਂਦੇ ਟੋਟਲ ਟੋਟਲ ਲਿਆ ਜਾਂਦੇ ਆ 20-20 ਪੱਕੀ-ਪੱਕੀ ਕਿਲੋ ਬੋਰੀਆਂ ਲਿਆ ਜਾਂਦੇ ਆ ਕਣਕ ਦੀਆਂ ਦੂਜੇ ਆਟੇ ਦੀਆਂ ਤੇ ਦੂਜੇ ਹੋਰ ਜਿਹੜੇ ਭਈ ਖਾਣ ਪੀਣ ਦੀਆਂ ਤੇ ਜਿਹੜੇ ਬਜ਼ੁਰਗ ਆ ਉਹਨਾਂ ਦਾ ਕੀ ਬਣੂਗਾ ਸੋ ਆ ਸਮਾਂ ਉਸ ਵੇਲੇ ਆਪ ਇਨਸਾਨੀਅਤ ਸਾਰੀ ਇਨਸਾਨੀ ਉੱਪਰ ਪਹਾਰ ਆਇਆ ਸਾਰੇ ਨੇ ਇਕੱਠੇ ਹੋ ਕੇ ਇਹ ਦੇਖਣਾ ਵੀ ਕਿੱਦਾਂ ਕਰ ਸਕਦੇ ਆ ਕਾਲਸਾਈਡ ਹੁਮਰ ਹਾਜ਼ਰੀ ਹੈ ਜੇ ਸਾਨੂੰ ਕੋਈ ਸਾਡੀ ਲੋੜ ਆ ਕਿਤੇ ਵੀ ਕੈਨੇਡਾ ਅਮਰੀਕਾ ਇੰਡੀਆ ਪੰਜਾਬ ਯੂਕੇ ਆਸਟ੍ਰੇਲੀਆ ਵਾਦ ਅਸੀਂ ਤਾਂ ਨਾਲ ਖੜੇ ਹੋਵਾਂਗੇ ਪਰ ਇਹ ਕਿਸੇ ਦੀ ਕਿਸੇ ਨੂੰ ਡੀ ਕੋ ਨਾ ਇੱਕ ਦੂਜੇ ਦੀ ਮਦਦ ਕਰੋ ਕੋਈ ਭੁੱਖਾ ਨਾ ਰਹਿ ਜਾਵੇ ਸਾਡੀ ਰਸੋਈਆਂ ਭਰੀਆਂ ਹੋਣ ਤੇ ਬਜ਼ੁਰਗ ਤੁਹਾਡਾ ਜਿਹੜਾ ਮਰਜੀ ਧਰਮ ਹੋਵੇ ਮੂਸਲਮਾਨ ਹੋਵੇ ਸਾਈ ਹੋਵੇ ਹਿੰਦੂ ਹੋਵੇ ਜੋ ਮਰਜੀ ਹੋਵੇ ਬੋਧਿਸਤ ਹੋਵੇ ਇਹਦਾ ਮਤਲਬ ਧਰਮ ਨਹੀਂ ਕਿ ਬਈ ਬਜ਼ੁਰਗ ਇਕੱਲਾ ਹੋਵੇ ਉੱਥੇ ਗਲੀ ਦੇ ਵਿੱਚ ਤੇ ਤੁਸੀਂ ਆਪਣੇ ਘਰ ਭਰ ਦਾ ਖਾਣਾ ਪੀਣਾ ਤਾਂ ਉਹਦਾ ਕੁਝ ਨਾ ਹੋਵੇ ਚੋਲਾਂ ਦਾ ਤੈੱਕ ਇਹ ਨਾ ਹੋਵੇ ਕੋਈ ਬ੍ਰੈਡ ਨਾ ਹੋਵੇ ਸੋ ਉਹਨਾਂ ਦੇਖਭਾਲ ਕਰੋ ਇਹ ਤੁਸੀਂ ਸਾਰੇ ਖਾਲਸਾ ਹਾਂ ਤੁਸੀਂ ਸਾਰੇ ਖਾਲਸੇ ਹਾਂ ਤੁਸੀਂ ਸਾਰੇ ਸਿੱਖਿਆ ਤੁਸੀਂ ਪੰਜਾਬੀ ਹਾਂ ਪਰ ਸਾਰਿਆਂ ਤੋਂ ਪਹਿਲਾਂ ਤੁਸੀਂ ਇਨਸਾਨ ਆ ਇਨਸਾਨੀਅਤ ਨੂੰ ਭੁੱਲਵਾਏ ਸਮੇਂ ਤੇ ਐਦਾਂ ਦੇ ਸਮੇਂ ਤੇ ਤੁਹਾਡੀ ਇਨਸਾਨੀਅਤ ਦਾ ਟੈਸਟ ਹੁੰਦਾ ਆ ਸੋ ਜਿੱਥੇ ਵੀ ਹੈਗੇ ਆ ਤੁਸੀਂ ਇਨਫੋਰਮੇਸ਼ਨ ਸਿੱਖ ਕਰੋ ਜੇ ਤੁਸੀਂ ਨੌਜਵਾਨ ਕੁੜੀਆਂ ਮੋਨਿਟਰੀ ਫੈਮਿਲੀ ਚ ਤੁਹਾਨੂੰ ਪੜਾਵੇ ਵੀ ਕੀ ਆ ਇਹ ਕਰੋਨਾ ਵਾਇਰਸ ਤੁਹਾਨੂੰ ਦੱਸਣ ਫੈਕਟ ਕੀ ਆ ਸਾਡੀ ਇਹ ਬੇਨਤੀ ਆ ਤੁਹਾਡਾ ਬਚਾ ਤੁਹਾਡੇ ਹੱਥ ਦੇ ਵਿੱਚ ਆ ਇਹ ਤੁਸੀਂ ਬਿਲਕੁਲ ਆਪਣਾ ਵਿਚਾਰ ਰੱਖਣਾ ਸਫਾਈ ਦੇ ਨਾਲ ਸੋ ਜੇ ਕੋ ਤੁਹਾਡੇ ਘਰ ਵੀ ਆ ਤੁਸੀਂ ਕਹੋ ਵੀ ਸਾਡੇ ਆਪਣੇ ਹੱਥ ਤੋਂ ਇਹਦੇ ਵਿੱਚ ਕੋਈ ਗਲਤ ਨਹੀਂ ਭਈ ਬਜ਼ੁਰਗ ਹੋਵੇ ਜੋ ਨੌਜਵਾਨ ਹੋਵੇ ਭਈ ਬੇਨਤੀ ਆ ਤੁਸੀਂ ਇੱਥੇ ਹੱਥੋਂ ਆ ਸਾਬਣ ਪਿਆ ਸਾਡੇ ਘਰ ਆਇਆ ਸਾਡੇ ਘਰ ਬਿਮਾਰੀ ਨਾ ਫੈਲੇ ਜਿਹੜੇ ਬੰਦਾ ਸਿਆਣਾ ਹੋਗਾ ਉਹਨੂੰ ਪਤਾ ਲੱਗ ਜਾਣਾ ਕਿ ਕੀ ਕਹਿੰਦੇ ਆ ਉਹ ਆਪੇ ਹੀ ਜਾ ਕੇ ਤੁਸੀਂ ਕਿਸਦੇ ਘਰ ਜਾਓਗੇ ਹੁਣ ਦਰਵਾਜ਼ਾ ਖੜਕਾਉਣਾ ਪਹਿਲਾਂ ਜਾ ਕੇ ਘਰ ਮੈਂ ਆਪਣੇ ਹੱਥੋਂ ਨਹੀਂ ਕਿੱਥੇ ਹੱਥਿਆ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਜਾ ਕੇ ਉੱਥੇ ਫੇਰ ਘਰ ਬੈਠੋ ਜਾ ਕੇ ਰਿਸਪੈਕਟ ਦਿਖਾ ਲਓ ਘਰ ਵਾਲਿਆਂ ਨੂੰ ਵੀ ਅਸੀਂ ਤੁਹਾਡੇ ਘਰ ਆਏ ਆ ਇਹ ਬਿਮਾਰੀ ਮਿਨਵਾ ਸੂ ਜੁੱਤੀਆਂ ਬਾਹਰ ਰੱਖੋ ਅੰਦਰ ਲੈ ਕੇ ਆਓ ਜੁੱਤੀਆਂ ਸੋ ਸਾਡੀ ਇਹ ਬੇਨਤੀ ਆ ਖਿਆਲ ਰੱਖੋ ਪੜੋਕੀਆਂ ਇੱਕ ਦੂਜੇ ਉੱਪਰ ਜਿਦਾ ਵੀ ਨਿਗਾਹ ਰੱਖਣੀ ਆ ਸਪੈਸ਼ਲੀ ਬਜ਼ੁਰਗਾਂ ਉੱਪਰ ਕੋਈ ਇਕੱਲਾ ਨਾ ਰਹਿ ਜਵੇ ਵੰਡ ਕੇ ਛਕਣਾ ਸਰਬਾਦਾ ਭਲਾ ਇਸ ਸਮਾਂ ਇਨਸਾਨੀਅਤ ਸਾਰੀ ਇਨਸਾਨੀ ਸਾਰੀ ਦੁਨੀਆ ਜਿਵੇਂ ਦੁਨੀਆ ਦੇ ਜੰਗ ਲੱਗੇ ਸੀ ਪਹਿਲਾਂ ਸਾਡੀ ਦੁਨੀਆ 'ਚ ਇੱਕ ਜੰਗ ਲੱਗ ਗਿਆ ਹੁਣ ਇੱਕ ਪਾਸੇ ਇਨਸਾਨੀਅਤ ਦੂਜੇ ਪਾਸੇ ਬਿਮਾਰੀ ਤੇ ਜੇ ਜਿਹੜੀ ਇੱਕ ਬਿਮਾਰੀ ਲੱਗਦੀ ਆ ਇਨਸਾਨੀਅਤ ਨੂੰ ਲਾਲਚਦੀ ਉਹ ਲਾਲਚਾਂ ਤੋਂ ਛੱਡੋ ਤੁਸੀਂ ਇੱਕ ਦੂਜੇ ਦੀ ਮਦਦ ਕਰੋ ਕੋਈ ਮੈਂ ਪਹਿਲਾਂ ਵੀ ਕਿਹਾ ਸਾਡਾ ਖਾਲਸਾ ਜਿੱਥੇ ਵੀ ਹੈਗੇ ਆ ਇਹ ਸਾਡੀ ਲੋੜ ਹੈ ਅਸੀਂ ਹਾਜ਼ਰ ਆਂ ਪਰ ਬਚਾ ਕਰੋ ਇੱਕ ਦੂਜੇ ਦਾ ਇਹ ਜਿਹੜੀ ਕੋਰੋਨਾ ਵਾਇਰਸ ਦੀ ਬਿਮਾਰੀ ਆ ਇਹ ਬਹੁਤ ਸੀਰੀਅਸ ਆ ਇਹਨੂੰ ਤੁਸੀਂ ਅੰਡਰਸਟੈਂਡ ਕਰੋ ਪੜ੍ਹੋ ਲਿਖੋ ਆਪਣੇ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਦੱਸੋ ਵੀ ਇਹ ਕਿੱਦਾਂ ਸੀ ਬਚਾ ਸਕਦੇ ਆ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ